ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उलंघना है। अजिहा करन ते कानूनी कार्रवाई की जाएगी। प्राइम एशिया टीवी देख रहे दर्शकों मलकीत सिंह सरैन वालों निघी जी आया। अज प्राइम एनालिसिस दे विच आपां विचार करते हैं बीसी गवर्नमेंट की जिहड़ी एनडीपी की सरकार आई है उहदे जिहड़े कुछ वादे कीते सी उन्हां वादियां दे विचों एक वादा किंडर मोर्गन पाइपलाइन बारे सी। आओ मिलते हाँ डॉक्टर प्रीतिपाल सिंह सोई हुणां नूं। डॉक्टर साहब तुहाडा निघा स्वागत है जी। थैंक यू जी। जिहड़ा जॉन हॉर्गन और उन्हां दी गवर्नमेंट ने एक वादा कीता सी और जिन्हां दे विचों एक मुख वादा सी किंडर मोर्गन की पाइपलाइन, जिस बारे उन्होंने कल विचार पेश किए हैं कि वो इस पाइपलाइन नूं इत्थे ही रोक देणगे, इहनूं अगे नहीं वधाउणगे, उहदे बारे तुहाडी की राय है जी? हाँ मलकीत सिंह सरैन जी, क्योंकि जिहड़ा प्रोजैक्ट है किंडर मोर्गन वालियां दा ट्रांस माउंटेन प्रोजैक्ट कहने आपां इसनूं, इस ट्रांस माउंटेन प्रोजैक्ट दे विच इक पाइपलाइन है, वो पाइपलाइन है जिहड़ी एडमिंटन तो शुरू हो के बीसी दे बर्न भी जिहड़ा अपना शहर है इत्थे तक वो पाइपलाइन आउंदी है। 1150 किलोमीटर लंबी है। ਇਹਦੇ ਵਿੱਚ ਪਿੱਛੇ ਜੇ ਇੱਕ ਫੈਸਲਾ ਹੋਇਆ ਸੀ ਫੈਡਰਲ ਗਵਰਨਮੈਂਟ ਦਾ, ਵੀ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਸੀ, ਇਹ ਇਹਦੀ ਐਕਸਪੈਂਸ਼ਨ ਚਾਹੁੰਦੇ ਸੀ, ਇਹਦਾ ਵਿਸਥਾਰ ਚਾਹੁੰਦੇ ਸੀ। ਅੱਛਾ, ਹੁਣ ਉਹ ਮਨਜ਼ੂਰੀ ਉਹਨਾਂ ਨੇ ਦੇ ਦਿੱਤੀ ਅਤੇ ਇਹਨਾਂ ਨੇ ਸਤੰਬਰ 'ਚ ਕੰਮ ਵੀ ਸ਼ੁਰੂ ਕਰਨਾ ਸੀ, ਪਰ ਬੀਸੀ ਗਵਰਨਮੈਂਟ ਕਿਉਂਕਿ ਇੱਥੇ ਇਲੈਕਸ਼ਨ ਆ ਗਈ, ਇਲੈਕਸ਼ਨ ਦੇ ਵਿੱਚ ਜਿਹੜੀ ਪਾਰਟੀ ਆਈ ਉਸ ਪਾਰਟੀ ਨੇ ਕੁਝ ਵਾਅਦੇ ਕੀਤੇ ਆਪਣੇ ਇਲੈਕਸ਼ਨ ਟਾਈਮ ਦੇ ਦੌਰਾਨ, ਉਹਨਾਂ ਵਾਅਦਿਆਂ ਦੇ ਵਿੱਚ ਜੋ ਹੁਣ ਪ੍ਰੀਮੀਅਰ ਬਣੇ ਨੇ ਜੌਨ ਹੋਰਗਨ ਨੇ ਇਹ ਵੀ ਵਾਅਦਾ ਕੀਤਾ ਸੀ ਇਲੈਕਸ਼ਨ ਦੇ ਟਾਈਮ, ਉਹ ਪ੍ਰਚਾਰ ਦੇ ਵੀ ਰਹੇ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਕਿੰਡਰ ਮੋਰਗਨ ਦਾ ਜਿਹੜਾ ਇਹ ਪ੍ਰੋਜੈਕਟ ਹੈ ਪਾਈਪਲਾਈਨ ਦਾ ਅਸੀਂ ਇਹਨੂੰ ਠੱਲ ਪਾ ਦੇਵਾਂਗੇ, ਇਹਨੂੰ ਰੋਕ ਦੇਵਾਂਗੇ, ਇਹਨੂੰ ਲਾਗੂ ਨਹੀਂ ਹੋਣ ਦੇਵਾਂਗੇ ਜੀ। ਤਾਂ ਉਹ ਵਾਅਦਾ ਸੀ ਲੋਕਾਂ ਨੇ, ਕੁਝ ਨੇ ਹੋ ਸਕਦਾ ਇਸ ਆਧਾਰ 'ਤੇ ਵੀ ਇਹਨਾਂ ਨੂੰ ਵੋਟਾਂ ਪਾਈਆਂ ਹੋਣ ਕਿ ਇਹਨੂੰ ਰੋਕਣਗੇ ਜੀ। ਅੱਛਾ, ਬਾਅਦ ਦੇ ਵਿੱਚ ਪੋਜੀਸ਼ਨ ਇਹ ਬਣੀ ਕਿ ਉਹਨਾਂ ਦੀ ਆਪਦੀ ਤਾਂ ਬਹੁਮਤ ਬਣਿਆ ਨਾ, ਉਹਨਾਂ ਨੇ ਗ੍ਰੀਨ ਪਾਰਟੀ ਦੇ ਨਾਲ ਰਲ ਕੇ ਸਰਕਾਰ ਬਣਾਈ ਤਾਂ 44 ਇਹਨਾਂ ਨੂੰ ਸੀਟਾਂ ਬਣੀਆਂ, ਅਤੇ ਗ੍ਰੀਨ ਪਾਰਟੀ ਤਾਂ ਇਹਨਾਂ ਨਾਲੋਂ ਵੀ ਵੱਧ ਅਗਰੈਸਿਵ ਸੀ ਇਹਨੂੰ ਰੋਕਣ ਦੇ ਲਈ। ਤਾਂ ਹੁਣ ਇਹ ਵਾਅਦਾ ਇਹਨੂੰ ਰੋਕਣ ਦੇ ਲਈ ਹੁਣ ਪ੍ਰੋਜੈਕਟ ਸ਼ੁਰੂ ਹੋ ਗਿਆ, ਕੰਮ ਸ਼ੁਰੂ ਹੋ ਗਏ, ਜਿਸ ਦਿਨ ਸਹੁੰ ਚੁੱਕੀ ਇਹਨਾਂ ਨੇ ਜੌਨ ਹੋਰਗਨ ਉਹਨਾਂ ਨੇ ਅਤੇ ਇਹਨਾਂ ਦੀ ਸਰਕਾਰ ਨੇ, ਉਸ ਦਿਨ ਉਹਨਾਂ ਨੇ ਕਿਹਾ ਸੀ ਕਿ ਕਿੰਡਰ ਮੋਰਗਨ ਦੀ ਟਰਾਂਸ ਮਾਊਂਟੇਨ ਪਾਈਪਲਾਈਨ ਨੂੰ ਰੋਕਣ ਦੇ ਲਈ ਸਾਡੇ ਟੂਲ ਬਾਕਸ ਦੇ ਵਿੱਚ ਜਿੰਨੇ ਵੀ ਟੂਲਸ ਨੇ ਅਸੀਂ ਸਾਰਿਆਂ ਦੀ ਵਰਤੋਂ ਕਰਾਂਗੇ। ਹੁਣ ਉਹ ਟੂਲ ਬਾਕਸ ਖੋਲ੍ਹਿਆ ਗਿਆ ਕੱਲ੍ਹ, ਉਹਦੇ ਵਿੱਚੋਂ ਇੱਕ ਦੋ ਪਰ ਇਹਨਾਂ ਨੇ ਕੱਢੇ ਟੂਲਸ, ਉਹ ਟੂਲਸ ਕੱਢ ਕੇ ਉਹਦੀ ਵਰਤੋਂ ਸ਼ੁਰੂ ਕਰ ਦਿੱਤੀ। ਹੁਣ ਟੂਲ ਕੀ ਕੱਢਿਆ ਕਿ ਇਹਨਾਂ ਨੇ ਬਾਹਰੋਂ ਇੱਕ ਵਿਅਕਤੀ ਹਾਇਰ ਕੀਤਾ, ਵਕੀਲ, ਉਹ ਵਕੀਲ ਆ ਜਿਹੜਾ ਬੀਸੀ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਜੱਜ ਰਹੇ ਨੇ ਅਤੇ ਪਹਿਲਾਂ ਵੀ ਉਹ ਇਸ ਤਰ੍ਹਾਂ ਨਾਲ ਫਸਟ ਨੇਸ਼ਨਜ਼ ਦੇ ਬਹੁਤ ਸਾਰੇ ਕੇਸਾਂ ਨੂੰ ਡੀਲ ਕਰਦੇ ਰਹੇ ਨੇ, ਤਾਂ ਥੌਮਸ ਬਰਗਰ ਨਾਂ ਦਾ ਇਹ ਵਿਅਕਤੀ ਇਹਨਾਂ ਨੇ ਹਾਇਰ ਕਰ ਲਿਆ। ਹੁਣ ਉਹਦਾ ਕੰਮ ਕੀ ਹੈ? ਉਹਨੇ ਇਹਨਾਂ ਨੂੰ ਸੁਝਾਅ ਦੇਣਾ ਕਿ ਤੁਸੀਂ ਇਹਨੂੰ ਰੋਕਣ ਦੇ ਲਈ ਕਿਹੜੀਆਂ ਕਾਨੂੰਨੀ ਆਪਸ਼ਨਜ਼ ਅਡੋਪਟ ਕਰ ਸਕਦੇ ਹੋ, ਕਿਉਂਕਿ ਇੱਥੇ ਧੱਕੇਸ਼ਾਹੀ ਤਾਂ ਹੋ ਨਹੀਂ ਸਕਦੀ, ਲੋਕਤੰਤਰ ਹੈ, ਕਾਨੂੰਨੀ ਆਪਸ਼ਨ ਜੇ ਅਡੋਪਟ ਕਰਨੀਆਂ ਪੈਣਗੀਆਂ। ਉਹਨਾਂ ਕਾਨੂੰਨੀ ਆਪਸ਼ਨ ਦੇ ਵਿੱਚ ਸਭ ਤੋਂ ਪਹਿਲੀ ਆਪਸ਼ਨ ਇਹ ਅਡੋਪਟ ਕੀਤੀ ਗਈ ਕਿ ਪਹਿਲਾਂ ਤਾਂ ਜਿਹੜਾ ਕੇਸ ਆ ਜਿਹੜਾ ਕੀਤਾ ਹੋਇਆ ਬੀ ਸੀ ਦੇ ਬਹੁਤ ਸਾਰੇ ਗਰੁੱਪਾਂ ਨੇ ਫੈਡਰਲ ਕੋਰਟ ਆਫ ਅਪੀਲ ਦੇ ਵਿੱਚ ਇੱਕ ਕੇਸ ਕੀਤਾ, ਜਦੋਂ ਫੈਡਰਲ ਗਵਰਨਮੈਂਟ ਨੇ ਮਨਜ਼ੂਰੀ ਦੇ ਦਿੱਤੀ ਸੀ ਉਸ ਤੋਂ ਬਾਅਦ ਇਹ ਕੇਸ ਹੋਇਆ ਸੀ। 21 ਗਰੁੱਪ ਨੇ ਜਿਨ੍ਹਾਂ ਨੇ, ਕੋਈ ਇਨਵਾਇਰਮੈਂਟਲ ਗਰੁੱਪ ਨੇ, ਕੋਈ ਫਸਟ ਨੇਸ਼ਨਜ਼ ਦੇ ਗਰੁੱਪ ਨੇ, ਕੁਝ ਮਿਊਨਸਪੈਲਿਟੀਜ਼ ਨੇ, ਇਹਨਾਂ ਨੇ 21 ਪਾਰਟੀਆਂ ਬਣਦੀਆਂ ਨੇ, 21 ਪਾਰਟੀਆਂ ਨੇ ਫੈਡਰਲ ਕੋਰਟ ਆਫ ਅਪੀਲ 'ਚ ਕੇਸ ਕੀਤਾ ਹੋਇਆ ਕਿ ਫੈਡਰਲ ਗਵਰਨਮੈਂਟ ਨੇ ਇਸ ਪਾਈਪਲਾਈਨ ਦੀ ਜੋ ਮਨਜ਼ੂਰੀ ਦਿੱਤੀ ਹੈ ਉਹ ਗਲਤ ਹੈ, ਇਹਨੂੰ ਰੋਕਿਆ ਜਾਣਾ ਚਾਹੀਦਾ ਹੈ। ਹੁਣ ਬੀ ਸੀ ਗਵਰਨਮੈਂਟ ਨੇ ਪਹਿਲਾ ਸਟੈਪ ਇਹ ਚੁੱਕਿਆ ਕਿ ਅਸੀਂ ਉਸ ਕੇਸ ਦੇ ਵਿੱਚ ਪਾਰਟੀ ਬਣਨਾ ਚਾਹੁੰਦੇ ਹਾਂ, ਇੰਟਰਵੀਨਰ ਸਟੇਟਸ ਆ ਜਿਹੜਾ ਉਹ ਇਹਦੇ 'ਚ ਲੈਣਾ ਚਾਹੁੰਦੇ ਨੇ। ਪਹਿਲਾਂ ਉਹਦੇ 'ਚ ਪਾਰਟੀ ਨਹੀਂ ਸੀ, ਹੁਣ ਇਹ ਪਾਰਟੀ ਬਣਨ ਦੇ ਲਈ ਅਰਜ਼ੀ ਪਾਉਣਗੇ ਅਤੇ ਫੈਡਰਲ ਕੋਰਟ 'ਤੇ ਡਿਪੈਂਡ ਕਰਦਾ ਕਿ ਇਹਨਾਂ ਦੀ ਅਰਜ਼ੀ ਮਨਜ਼ੂਰ ਕਰਦੀ ਹੈ ਜਾਂ ਨਹੀਂ ਕਰਦੀ। ਮੋਸਟ ਪ੍ਰੋਬੇਬਲੀ ਉਹ ਕਰੇਗੀ ਕਿਉਂਕਿ ਬੀ ਸੀ ਗਵਰਨਮੈਂਟ ਉਹਦੇ ਨਾਲ ਕੰਸਰਨਡ ਹੈ, ਅਲਬਰਟਾ ਦੀ ਗਵਰਨਮੈਂਟ ਵੀ ਉਹਦੇ 'ਚ ਪਾਰਟੀ ਬਣੀ ਹੋਈ ਹੈ, ਸੋ ਇਹ ਵੀ ਬਣ ਜਾਣਗੇ। ਸੋ ਸਭ ਤੋਂ ਵੱਡਾ ਸਟੈਪ ਜਿਹੜਾ ਕੱਲ੍ਹ ਇਹਨਾਂ ਨੇ ਇਹ ਚੁੱਕਿਆ ਉਹਨੂੰ ਰੋਕਣ ਦੇ ਲਈ ਇਹ ਹੈ। ਹੁਣ ਉਹ ਤੋਂ ਬਾਅਦ ਇਹਨਾਂ ਦੀ ਬਿਆਨਬਾਜ਼ੀ ਹੈ ਕਿ ਜਿਹੜੀ ਉਸ ਟਾਈਮ ਦੇ ਉੱਤੇ ਸਾਡੇ ਅਟੋਰਨੀ ਜਨਰਲ ਨੇ ਜਿਹੜੇ ਡੇਵਿਡ ਐਬੀ, ਉਹਨਾਂ ਦੇ ਬਿਆਨ ਆਏ, ਸਾਡੇ ਜਿਹੜੇ ਵਾਤਾਵਰਨ ਮੰਤਰੀ ਨੇ ਹੇ ਮੈਨ, ਉਹਨਾਂ ਦਾ ਬਿਆਨ ਆਇਆ, ਉਹ ਕਹਿੰਦੇ ਵੀ ਅਸੀਂ ਹਾਂ ਇਹਨੂੰ ਰੋਕਾਂਗੇ, ਅਸੀਂ ਪੂਰੀ ਯਤਨ ਕਰਾਂਗੇ, ਪੂਰੀ ਵਾਹ ਲਾਵਾਂਗੇ, ਪਰ ਨਾਲ ਦੀ ਗੱਲ ਇਹ ਵੀ ਕਿ ਠੀਕ ਆ ਸਾਡੀਆਂ ਕੁਝ ਲਿਮੀਟੇਸ਼ਨ ਹੈਗੀਆਂ ਇਸ ਖੇਤਰ ਦੇ ਵਿੱਚ, ਤਾਂ ਇਹ ਤਾਂ ਇਹਨਾਂ ਦਾ ਸਟੈਂਡ ਆ ਜਿਹੜਾ ਇਹਨਾਂ ਨੇ ਹੁਣ ਵਰਤਮਾਨ ਰੂਪ 'ਚ ਲਿਆ ਕਿ ਅਸੀਂ ਇਹਨੂੰ ਰੋਕਣ ਦੇ ਲਈ ਜਿਹੜਾ ਕੰਮ ਕਰਨ ਦੇ ਲਈ ਪਰਮਿਟਸ ਦੇਣੇ ਨੇ ਉਹਨਾਂ ਦੀਆਂ ਡਿਲੇਜ਼ ਕਰਾਂਗੇ ਅਤੇ ਜਿਹੜੇ ਲੀਗਲ ਐਕਸ਼ਨ ਆ ਉਹ ਕਰਾਂਗੇ ਤਾਂ ਜੋ ਕੰਮ ਰੁਕ ਜਾਵੇ। ਸੋ ਇਹ ਤਾਂ ਇਹਨਾਂ ਦਾ ਸਟੈਂਡ ਆ ਜਿਹੜਾ ਇਹਨਾਂ ਨੇ ਹੁਣ ਲਿਆ ਜੀ। ਜਿਹੜਾ ਇਹ ਕੰਮ ਹੈ ਕਿੰਡਰ ਮੋਰਗਨ ਪਾਈਪਲਾਈਨ ਦਾ ਅਗਲੇ ਮਹੀਨੇ ਤੋਂ ਸ਼ੁਰੂ ਹੋਣਾ ਸੀ, ਬਿਲਕੁਲ ਕੀ ਉਹ ਕੰਮ ਹੁਣ ਸ਼ੁਰੂ ਹੋ ਸਕੇਗਾ? ਔਰ ਜਿਹੜਾ ਮੇਰਾ ਦੂਜਾ ਸਵਾਲ ਹੈ
कि बीसी की सरकार इनू रोक सकती है कि वो अधिकार खेत्र में यह आता कि फैडरल गौरमेंट है जे इस इंटरसैप्ट करेगी और इनू प्रोजेक्ट में सिरे चढ़ावेगी। हाँ मलकी सरां जी, यह बहुत ही वड्डा प्रश्न है तुहाडा मेरे हिसाब दे नाल। असली प्रश्न यही है जितों तक तो अलबर्टा की सरकार है जी, भावें उत्थे भी NDP की गौरमेंट है, वह कहती है कि BC गवर्नमेंट को कुछ नहीं, इन्हों रोक नहीं सकते। फैडरल गवर्नमेंट कहती है कि BC गवर्नमेंट रोक नहीं सकती। कानून ये कहता है कि जिते कित भी इंटर प्रोविंशियल प्रोजेक्ट्स ने उन्हों की मंजूरी फैडरल गवर्नमेंट देती है। सो ये भी एक तरह का इंटर प्रोविंशियल एनर्जी प्रोजेक्ट है जिदी गवर्नमेंट के फैडरल सरकार ने नवंबर 2016 के मंजूरी दे दी हुई है। हुण जिहड़ी फैडरल सरकार ने मंजूरी दी सी उस तो पहले एक नैशनल एनर्जी बोर्ड है जी तो कि एनवायरमेंटल संबंधी मंजूरी ली जाती है, उन्होंने भी मई 2016 च मंजूरी दे दी सी कि असी सारे पक्ष देख लिया वातावरण संबंधित जां फर्स्ट नेशन जिहां संबंधित इहनूं मंजूरी दे देनी चाहीदी। उस तो बाद फैडरल गवर्नमेंट ने मंजूरी दी है, तो हुण उत्थों तक तां जिहड़ा पक्ष है कानूनी आधार दे उत्ते वह बहुत स्ट्रोंग ने, उस आधार पर ही किंड पर एक गल सी खास तौर पर कि जदों नैशनल बोर्ड ऑफ एनर्जी वाले ने इन मंजूरी दी सी उन्होंने 157 कंडीशन लाइया ने, वो कंडीशन फैडरल गवर्नमेंट ने भी कायम रखिया ने, BC गवर्नमेंट ने जदों आपकी मंजूरी दी इन्होंने भी कायम रखिया ने, वो 157 कंडीशन इन्होंने पूरिया कर लिया ने, काफ़ी कर लिया, काफ़ी कर रहे हैं, उन्होंने यकीन है कि असी कर लवेंगे और सितंबर के प्रोजेक्ट असी शुरू कर देवे। पर हुण पॉसिबिलिटी ये बन गई कि शायद ये सितंबर में शुरू ना हो सके जी। वो दो तीन कारण ये ने कि 8 दे विच एनवायरमेंटल मैनेजमेंट प्लान सीगियां, उन्हां दे विचों 3 की मंजूरी तो वो लै चुके हुए ने, 5 की मंजूरी हाले लैनी है फर्स्ट नेशन दे नाल जिहड़ियां कंसल्टेशन ने हाले पूरियां होणियां ने वातावरण नाल संबंधित। जदों वो 5 पूरियां कर लैणगे फिर BC गवर्नमेंट कोई वड्डा जवाब नहीं होना यह कहण नूं कि तुसीं नहीं शुरू कर सकते। बहुत सारे कम्मां दे लई प्रोजेक्ट जिहड़ा BC गवर्नमेंट का एरिया है क्योंकि क्राउन लैंड है, BC सरकार ने मंजूरियां देनियां ने, वो इहदे च डिले कर सकणगे। तो मैनूं इह लगदा कि प्रोजेक्ट हो सकदा सितंबर च ना शुरू हो सके, पर यह पॉसिबिलिटी पूरी है कि BC गवर्नमेंट उन्हूं रोक नहीं सकेगी। हाँ डिले कर सकती है, किन्नी डिले कर सकती है इहदा कोई अंदाजा नहीं लाया जा सकता। कोर्टां च केस होगा, कोर्टां च केस किन्ना लंबा चलिया जाऊगा, हाले तां जिहड़ी इह केस कीता उन्होंने फैडरल कोर्ट ऑफ अपील च उहदी सुनवाई ही अक्तूबर दे एंड जां नवंबर दे विच शुरू होनी है, फिर पार्टियां आप अपने केस देणगियां, किन्ना लंबा लिजा सकदे आ। पहलां भी बहुत लंबे संघर्ष तों बाद इह पाइपलाइन आ जिहड़ी सिरे चढ़न लगी सी, तां ये पाइपलाइन के जे तुसीं अंदाजा देखो कि 1150 किलोमीटर का एरिया एडमिंटन तो लैके बर्नबी तक वो कवर कर दी है। प्रोजेक्ट पहला चल रहा है, पाइपलाइन पहला भी चल रही है, 1953 तो प्रोजेक्ट चलता सी, वो जिहड़ी पाइपलाइन पहला हैगी है उहदे नाल एक पाइपलाइन होर बिछाउणी है, एक्सपेंड करना उहदा एरिया, वो पाइपलाइन जिहड़ी होर बिछाउणी है, इन्हां दोनों नूं रला के फिर इहदी कपैसिटी है जिहड़ी उत्थों तेल लियाउण दी उह तकरीबन 3 गुणा हो जाणी है। उहदे च की है कि 3 किस्म का तेल है, एक तो टोटली क्रूड कच्चा तेल उहदे विचों दी लंघना जी, ਇਹ ਵੀ ਇਹ ਪਾਈਪਲਾਈਨ ਦੀ ਇੱਕ ਖਾਸੀਅਤ ਹੈ ਕਿ ਇਹਦੇ 'ਚ ਪਹਿਲਾਂ ਉਹ ਸਾਰੇ ਕਿਸਮ ਦਾ ਤੇਲ ਆ ਸਕਦਾ, ਉਹਦੇ ਬਾਅਦ ਪੂਰਾ ਸੈਮੀ ਰਿਫਾਇੰਡ ਆਇਲ ਵੀ ਜਾ ਸਕਦਾ, ਉਸ ਤੋਂ ਬਾਅਦ ਫਿਰ ਰਿਫਾਇੰਡ ਆਇਲ ਵੀ ਆ ਸਕਦਾ, ਵੱਖਰੀਆਂ ਵੱਖਰੀਆਂ ਕਿਸ਼ਤਾਂ 'ਚੋਂ ਕੱਢਦੇ ਆ। ਸੋ ਉਹ ਇੱਥੇ ਲਿਆ ਕੇ ਬਰਨ ਵੀ ਇੱਥੋਂ ਫਿਰ ਉਹਨਾਂ ਨੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹਨੂੰ ਭੇਜਣਾ, ਤਾਂ ਇਸ ਤਰ੍ਹਾਂ ਦਾ ਜਿਹੜਾ ਪ੍ਰੋਜੈਕਟ ਹੈ ਤਾਂ ਇਹ ਕਾਫੀ ਵੱਡਾ ਪ੍ਰੋਜੈਕਟ ਹੈ, ਸਤੰਬਰ ਦੇ ਵਿੱਚ ਹੋ ਸਕਦਾ ਹੈ ਨਾ ਸ਼ੁਰੂ ਹੋ ਸਕੇ, ਥੋੜ੍ਹੀ ਜਿਹੀ ਇਹ 'ਚ ਡਿਲੇ ਹੋ ਜਾਵੇ ਕਿਉਂਕਿ ਪ੍ਰੋਸੈਸ ਇਸ ਤਰ੍ਹਾਂ ਦੇ ਸਟਾਰਟ ਹੋ ਗਏ, ਗਵਰਨਮੈਂਟ ਚੇਂਜ ਹੋ ਗਈ, ਨਵੀਂ ਗਵਰਨਮੈਂਟ ਦੀਆਂ ਕੰਡੀਸ਼ਨ 'ਚ ਨਵੀਂ ਗਵਰਨਮੈਂਟ ਨੇ ਰਿਗਰਸ ਰੂਲ ਨੇ ਜਿਹੜੇ ਉਹ ਸਥਾਪਿਤ ਕਰ ਦੇਣੇ ਨੇ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਸ਼ੁਰੂ ਹੋਵੇਗਾ, ਪੋਸੀਬਿਲਿਟੀ ਹੈ ਇੱਕ ਤਰ੍ਹਾਂ ਨਾਲ, ਮੰਨ ਲਿਆ ਇਹਨਾਂ ਨੇ ਕਿ ਸ਼ੁਰੂ ਹੋਵੇਗਾ ਕਿਉਂਕਿ ਜਦੋਂ ਕਹਿੰਦੇ ਨੇ ਕਿ ਸਾਡੇ ਕੋਲ ਲਿਮਿਟਡ ਪਾਵਰ ਹੈ ਇਸ ਨੂੰ ਕੰਟਰੋਲ ਕਰਨ ਦੀ, ਹਾਂ ਕੁਝ ਕੋਰਟਾਂ ਦੇ ਚੱਕਰ ਲੱਗਣਗੇ, ਕੁਝ ਸਖਤੀਆਂ ਪਰਮਿਟਸ ਦੀਆਂ ਹੋਣਗੀਆਂ, ਉਸ ਤੋਂ ਬਾਅਦ ਇਹ ਸ਼ੁਰੂ ਹੋਣ ਦੀ ਪੋਜੀਸ਼ਨ ਬਣੇਗੀ ਜੀ। ਜੇ ਇਹ ਪਾਈਪਲਾਈਨ ਰੁਕ ਜਾਂਦੀ ਹੈ ਜਾਂ ਇਹਨੂੰ BC ਗਵਰਨਮੈਂਟ ਰੋਕ ਦਿੰਦੀ ਹੈ, ਤੁਹਾਡੇ ਖਿਆਲ ਮੁਤਾਬਕ ਕੀ ਕੈਨੇਡਾ ਔਰ BC ਨੂੰ ਇਹਦਾ ਫਾਇਦਾ ਹੋਵੇਗਾ ਕਿ ਨੁਕਸਾਨ ਹੋਵੇਗਾ? ਹਾਂ ਮਲਕੀਤ ਸਿੰਘ ਜੀ, ਇਹਦੇ 'ਤੇ ਹਮੇਸ਼ਾ ਹੀ ਕੰਟਰੋਵਰਸੀ ਰਹੀ ਹੈ, ਦੋ ਮਸਲੇ ਰਹੇ ਹੈ, ਇੱਕ ਮਸਲਾ ਇਨਵਾਇਰਮੈਂਟ ਦਾ, ਇੱਕ ਮਸਲਾ ਡਿਵੈਲਪਮੈਂਟ ਦਾ ਜੀ। ਕਿ ਜੇ ਤਾਂ ਅਸੀਂ ਵਾਤਾਵਰਣ ਦੀ ਸੁਰੱਖਿਆ ਦੇਖਦੇ ਹਾਂ, ਸੰਭਾਲ ਦੇਖਦੇ ਹਾਂ, ਤਾਂ ਜਿਹੜੇ ਵਾਤਾਵਰਣ ਗਰੁੱਪ ਨੇ ਜਿਹੜੇ ਕਹਿੰਦੇ ਨੇ ਕਿ BC ਇਜ਼ ਵੈਰੀ ਬਿਊਟੀਫੁੱਲ, ਇਹਦੇ ਅਸੀਂ ਦਰੱਖਤਾਂ ਨੂੰ, ਇਹਦੇ ਪਾਣੀ ਨੂੰ, ਇਹਦੀਆਂ ਲੇਕਸ ਨੂੰ, ਇਹਦੇ ਨੇਚਰ ਨੂੰ ਬਚਾਉਣਾ ਹੈ, ਤਾਂ ਉਹ ਕਹਿੰਦੇ ਨੇ ਕਿ ਇਹ ਇਸ ਤਰ੍ਹਾਂ ਨਾਲ ਨਹੀਂ ਬਣਨਾ ਚਾਹੀਦਾ। ਦੂਜੇ ਪਾਸੇ ਡਿਵੈਲਪਮੈਂਟ ਦਾ ਮਾਡਲ ਹੈ ਜਿਹੜਾ ਕਿ ਵਰਤਮਾਨ ਸਮੇਂ 'ਚ ਕਾਫੀ ਭਾਰੂ ਹੋ ਜਾਂਦਾ ਹੈ, ਜਦੋਂ ਕਹਿੰਦੇ ਨੇ ਕਿ ਇਕੋਨਮੀ ਡਿਵੈਲਪ ਕਰਨੀ ਚਾਹੀਦੀ ਹੈ, ਸਾਡੇ ਕੋਲ ਰੈਵਨਿਊ ਆਉਣਾ ਚਾਹੀਦਾ ਹੈ, ਟੈਕਸ ਆਉਣੇ ਚਾਹੀਦੇ ਨੇ, ਨੌਕਰੀਆਂ ਆਉਣੀਆਂ ਚਾਹੀਦੀਆਂ ਨੇ, ਜਿਵੇਂ ਇਹ ਟਰੰਪ ਦਾ ਵਰਤਮਾਨ ਦਾ ਫਾਰਮੂਲਾ ਕਹਿੰਦੇ, ਇਨਵਾਇਰਮੈਂਟ ਦਾ ਕੋਈ ਇਸ਼ੂ ਨਹੀਂ, ਡਿਵੈਲਪਮੈਂਟ ਇਜ਼ ਦਾ ਮੇਨ ਇਸ਼ੂ ਜੀ। ਤਾਂ ਉਸ ਇਸ਼ੂ ਨੂੰ ਜਦੋਂ ਦੋਨਾਂ ਨੂੰ ਕੋਰਲੇਟ ਕਰਕੇ ਚੱਲਦੇ ਹਾਂ, ਤਾਂ ਫੈਡਰਲ ਗਵਰਨਮੈਂਟ ਕਹਿੰਦੀ ਹੈ ਕਿ ਨਹੀਂ, ਦੋਨਾਂ ਨੂੰ ਨਾਲ ਲੈ ਕੇ ਚੱਲੋ, ਵੀ ਅਸੀਂ ਇਹਦੀਆਂ ਸਾਰੇ ਪੱਖ ਦੇਖ ਲੈਂਦੇ, ਇਹ ਕੋਈ ਵੱਡਾ ਖਤਰੇ ਵਾਲਾ ਮਸਲਾ ਨਹੀਂ, ਪਾਈਪਲਾਈਨ ਤਾਂ ਪਹਿਲਾਂ ਹੀ ਚੱਲ ਰਹੀ ਹੈ,
ਥੋੜ੍ਹੇ ਜਿਹੇ ਫਰਕ ਨਾਲ ਇੱਕ ਪਾਈਪਲਾਈਨ ਤੁਸੀਂ ਹੋਰ ਬਣਾ ਦੇਣੀ ਹੈ ਨਾਲ, ਕੋਈ ਵਾਧੂ ਜ਼ਮੀਨ ਐਕੁਆਇਰ ਨਹੀਂ ਹੋਣੀ, ਵਾਧੂ ਦਰਖਤ ਨਹੀਂ ਕੱਟੇ ਜਾਣੇ। ਜੇ ਪਹਿਲਾਂ ਉਹਦੇ ਵਿੱਚੋਂ ਕੁਝ ਸਪਿੱਲ ਹੁੰਦਾ ਸੀ, ਓਇਲ ਕੁਛ ਪਾਣੀ ਖਰਾਬ ਕਰਦਾ ਸੀ, ਉਹਦਾ ਅਸੀਂ ਰਿਕਾਰਡ ਦੇਖ ਲਿਆ ਵੀ ਉਹ ਕਿੰਨਾ ਕਿਕਿਊਰੇਬਲ ਹੈ, ਕਿੰਨਾ ਕੁ ਨੁਕਸਾਨ ਕੀਤਾ, ਵੀ ਬਹੁਤਾ ਵੱਡਾ ਨੁਕਸਾਨ ਨਹੀਂ ਹੁੰਦਾ। ਪਰ ਵਾਤਾਵਰਨ ਪ੍ਰੇਮੀ ਕਹਿੰਦੇ ਨੇ ਕਿ ਨਹੀਂ, ਬਹੁਤ ਸਾਰੇ ਥਾਵਾਂ ਦੇ ਉੱਤੇ ਜਦੋਂ ਇਹ ਸਪਿੱਲ ਕਰਦਾ ਹੈ ਤਾਂ ਉਹਦੇ ਨਾਲ ਸਾਡੇ ਸਮੁੰਦਰ ਦਾ, ਸਾਡੇ ਪਾਣੀਆਂ ਦਾ, ਜੀਵ ਜੰਤੂ ਦਾ, ਸਾਰਿਆਂ ਦਾ ਨੁਕਸਾਨ ਹੁੰਦਾ ਹੈ। ਤਾਂ ਹੁਣ ਉਹਨੂੰ ਅਸੈਸ ਕਰਨਾ ਕਿ ਕੁਝ ਤਾਂ ਲੋਕ ਬਹੁਤ ਸੈਂਸਿਟਿਵ ਨੇ ਇਸ ਦੇ ਪ੍ਰਤੀ, ਇਨਵਾਇਰਮੈਂਟ ਦੇ ਪ੍ਰਤੀ, ਕੁਝ ਨਹੀਂ ਹੈਗੇ ਤਾਂ ਦੋਨੇ ਪੱਖ ਨੇ। ਪਰ ਜਿੱਥੋਂ ਤੱਕ ਡਿਵੈਲਪਮੈਂਟ ਦਾ ਸੰਬੰਧ ਹੈ, ਜਿਹੜੀ ਕੰਪਨੀ ਨੇ ਅਸੈਸਮੈਂਟ ਦਿੱਤੀ ਹੋਈ ਆ, ਉਹ ਕਹਿੰਦੇ ਕਿ ਇਹਦੇ ਨਾਲ ਹਜ਼ਾਰਾਂ ਜੋਬਸ ਕ੍ਰੀਏਟ ਹੋਣੀਆਂ ਨੇ। ਪਹਿਲਾਂ ਕੰਸਟਰਕਸ਼ਨ ਦੀਆਂ ਜੋਬਸ ਹੋਣਗੀਆਂ, ਬਾਅਦ ਦੇ ਵਿੱਚ ਇਹਨੂੰ ਮੇਨਟੇਨ ਕਰਨ ਦੇ ਉੱਤੇ ਹਜ਼ਾਰਾਂ ਵਿਅਕਤੀਆਂ ਦੀ ਲੋੜ ਪੈਂਦੀ ਆ, ਅਗਾਂਹ ਢੋਆ ਢੁਆਈ ਦੇ ਉੱਤੇ ਸਾਰਾ। ਬਹੁਤ ਵੱਡਾ ਪ੍ਰੋਜੈਕਟ ਹੈ ਇਹ। ਕਹਿੰਦਾ ਕਿ 20 ਸਾਲਾਂ ਦੇ ਵਿੱਚ ਕੰਪਨੀ ਵਾਲੇ ਤੋਂ $73 ਬਿਲੀਅਨ ਕਮਾਉਣ ਦੀ ਇੱਛਾ ਰੱਖਦੇ ਨੇ ਜੀ। ਉਹਦੇ 'ਤੇ ਫਿਰ ਜਿਹੜੇ ਪ੍ਰੋਵਿੰਸ਼ੀਅਲ ਅਤੇ ਫੈਡਰਲ ਟੈਕਸ ਲੱਗਣੇ ਨੇ, ਉਹ ਤਕਰੀਬਨ $46 ਬਿਲੀਅਨ ਦੇ ਟੈਕਸ ਨੇ, ਜਿਨ੍ਹਾਂ ਦਾ ਫਾਇਦਾ ਫੈਡਰਲ ਗਵਰਨਮੈਂਟ ਨੂੰ ਅਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਹੋਣਾ। ਅਤੇ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ BC ਦੀ ਹੈ, ਇਹਨਾਂ ਨੂੰ ਤਕਰੀਬਨ $5.5 ਬਿਲੀਅਨ ਦੇ ਨੇੜੇ ਤੇੜੇ ਉਹਦੇ 'ਚੋਂ ਰੈਵਨਿਊ ਇਹਨਾਂ ਨੂੰ ਮਿਲਣਾ, ਅਤੇ $19 ਬਿਲੀਅਨ ਨੇ ਜਿਹੜੇ ਅਲਬਰਟਾ ਨੂੰ ਮਿਲਣਾ, $21 ਬਿਲੀਅਨ ਹੈ ਜਿਹੜਾ ਉਹ ਫੈਡਰਲ ਗਵਰਨਮੈਂਟ ਨੂੰ ਜਾਣਾ। ਇਹਦਾ ਭਾਵ ਇਹ ਤਾਂ ਇਹਨਾਂ ਨੇ ਅਸੈਸਮੈਂਟ ਕੀਤੀ ਹੋਈ ਹੈ ਕਿ ਆਉਣ ਵਾਲੇ ਸਾਲਾਂ 'ਚ ਇਹ ਕੁਝ ਹੋਣ ਦੀ ਪੋਸੀਬਿਲਿਟੀ ਹੈ। ਪਰ ਹੁੰਦੀ ਹੈ ਕਿ ਨਹੀਂ ਇਹ ਸਮਾਂ ਦੱਸੂ, ਕਿ ਜੇ ਅਸੀਂ ਇੰਟਰਨੈਸ਼ਨਲ ਪੋਜੀਸ਼ਨ ਨੂੰ ਦੇਖੀਏ, ਜਿਸ ਤਰ੍ਹਾਂ ਨਾਲ ਓਇਲ ਦੀਆਂ ਪ੍ਰਾਈਸਿਸ ਡਾਊਨ ਆ ਰਹੀਆਂ ਨੇ, ਅਸੈਸਮੈਂਟ ਉਦੋਂ ਕੀਤੀ ਗਈ ਜਦੋਂ ਓਇਲ ਦੀਆਂ ਪ੍ਰਾਈਸਿਸ ਅਪ ਸੀ, ਹੋ ਸਕਦਾ ਇਹ ਇੰਨਾ ਲਾਭ ਨਾ ਮਿਲਦਾ ਹੋਵੇ। ਨੰਬਰ 2, ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਤੇਲ ਦੀ ਡਿਮਾਂਡ ਹੈ ਉਹ ਘੱਟ ਰਹੀ ਹੈ, ਕਿਉਂਕਿ ਸਾਰੀਆਂ ਕਾਰਾਂ ਹੀ ਹੁਣ ਤਾਂ ਐਨਰਜੀ ਸੇਵਰ ਜਾਂ ਨਵੇਂ ਮੈਥਡ ਦੇ ਨਾਲ ਇਲੈਕਟ੍ਰੋਨਿਕ ਬਣ ਰਹੀਆਂ ਨੇ, ਵਹੀਕਲ ਬਣ ਰਹੇ ਨੇ। ਅਤੇ ਹੋ ਸਕਦਾ ਜਿਵੇਂ ਹੁਣ LNG ਪ੍ਰੋਜੈਕਟ ਵਾਲੇ ਪੈਟਰੋਨਸ ਵਾਲੇ ਭੱਜ ਗਏ, ਉਹ ਇਹ ਕਹਿ ਕੇ ਭੱਜ ਗਏ ਕਿ ਸਾਨੂੰ ਇਹ ਵਾਇਬਲ ਨਹੀਂ ਹੋ ਰਿਹਾ, ਅਸੀਂ ਇਹਦੇ 'ਤੇ ਜਿੰਨਾ ਖਰਚਾ ਕਰਾਂਗੇ ਉਨਾ ਖਰਚਾ ਗੈਸ ਪਾਈਪ LNG ਦੇ ਉੱਤੇ ਸਾਨੂੰ ਵਰਲਡ 'ਚ ਵਿਕਣੀ ਨਹੀਂ ਇਹ। ਤਾਂ ਇਹਦਾ ਭਾਵ ਇਹਦੀ ਡਿਮਾਂਡ ਘੱਟ ਰਹੀ ਹੈ। ਹੁਣ ਜੇ ਇਹ ਪ੍ਰੋਜੈਕਟ ਜਿਹੜਾ 2019 'ਚ ਕੰਪਲੀਟ ਹੋਣਾ, ਉਦੋਂ ਤੱਕ ਇਹਦੀ ਡਿਮਾਂਡ ਹੀ ਨਾ ਰਹੀ ਤੇਲ ਦੀ ਇਸ ਪੱਧਰ 'ਤੇ, ਨਾ ਰਹੀ ਜਿਹੜੇ ਪੱਧਰ 'ਤੇ ਆਸ ਕਰਦੇ ਨੇ, ਫਿਰ ਇਹ ਪ੍ਰੋਜੈਕਟ ਘਾਟੇ ਵਾਲੀ ਪੋਜੀਸ਼ਨ 'ਚ ਹੋਊਗਾ। ਹਾਂ, ਜੇ ਇਹਦੀ ਡਿਮਾਂਡ ਵੱਧ ਰਹਿੰਦੀ ਹੈ, ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸਾਡਾ ਤੇਲ ਵਿਕਦਾ ਜਿਹੜਾ ਕਿ ਹੁਣ ਘਟਿਆ ਹੋਇਆ, ਬਹੁਤ ਸੰਭਾਵਨਾਵਾਂ ਵੀ ਘੱਟ ਨੇ ਆਉਣ ਵਾਲੇ ਸਮੇਂ 'ਚ, ਤਾਂ ਇਹਨੂੰ ਜੇ ਰਿਵਿਊ ਵੀ ਕਰ ਲਿਆ ਜਾਂਦਾ ਤਾਂ ਕੋਈ ਮਾੜੀ ਗੱਲ ਨਹੀਂ ਹੋਵੇਗੀ। ਜੇ ਫੈਡਰਲ ਗਵਰਨਮੈਂਟ ਨੇ ਪਾਸ ਕਰਤਾ ਕੋਈ ਗੱਲ ਨਹੀਂ, ਰਿਵਿਊ ਕੀਤਾ ਜਾ ਸਕਦਾ ਕਿ ਹਾਂ ਆਉਣ ਵਾਲੇ ਸਮੇਂ 'ਚ ਸਾਡੀ ਡਿਮਾਂਡ ਕਿੰਨੀ ਕੁ ਹੈ, ਇਹਦੇ 'ਚੋਂ ਕਿੰਨੀ ਕੁ ਸਾਨੂੰ ਲਾਭ ਮਿਲਣ ਦੀ ਆਸ ਹੈ, ਇਹ ਸਾਰੀਆਂ ਗੱਲਾਂ ਨੂੰ ਅਸੈਸ ਕਰਕੇ ਜੇ ਇਹਨੂੰ ਪਾਸ ਕੀਤਾ ਜਾਂਦਾ, ਫਿਰ ਇਹਦੇ 'ਤੇ ਵਿਚਾਰ ਕਰਨੀ ਚਾਹੀਦੀ ਹੈ। ਜੇ ਇਹਨੂੰ ਰੋਕਣ ਦੇ ਨਾਲ ਐਨਵਾਇਰਮੈਂਟ, ਅਸੀਂ ਕਹਿੰਦੇ BC ਝੱਗਾਂ ਲੱਗੀਆਂ ਹੋਈਆਂ ਨੇ, ਗਰਮ ਹੋ ਰਿਹਾ ਮੌਸਮ ਸਾਰਾ ਕੁਛ, ਤਾਂ ਇਹ ਫਿਊਚਰ 'ਚ ਜੇ ਅਸੀਂ ਗਰਮਾਇਸ਼ ਨੂੰ ਰੋਕਣਾ ਤਾਂ ਇਹਦੇ 'ਤੇ ਸਖਤ ਕੰਡੀਸ਼ਨ ਜੇ ਲਾਊਗੀ NDP ਸਰਕਾਰ ਦੀ ਪੋਸੀਬਿਲਟੀ ਹੈ, ਅਤੇ ਉਹ ਸਖਤ ਕੰਡੀਸ਼ਨ ਜਿਹਦੇ ਅਧੀਨ ਫਿਰ ਇਹਨੂੰ ਜੇ ਪਾਸ ਵੀ ਕਰ ਦਿੰਦੇ ਨੇ, ਫਿਰ ਕੋਈ ਵੱਡਾ ਨੁਕਸਾਨ ਨਹੀਂ ਹੋਣ ਦੀ ਆਸ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਇਸੇ ਤਰ੍ਹਾਂ ਚੰਗੇ ਵਿਚਾਰ ਤੁਸੀਂ ਜ਼ਰੂਰ ਸਾਡੇ ਨਾਲ ਦਿੰਦੇ ਰਿਹਾ ਕਰੋ। ਥੈਂਕ ਯੂ। ਦਰਸ਼ਕਾਂ ਨੂੰ ਵੀ ਅਪੀਲ ਹੈ ਜੀ ਕਿ ਤੁਹਾਡੇ ਕੋਲ ਕੋਈ ਸੁਝਾਅ ਹੋਵੇ ਤਾਂ ਸਾਡੇ ਤੱਕ ਜ਼ਰੂਰ ਪਹੁੰਚਦਾ ਕਰੋ। ਵੇਖਦੇ ਰਹੋ Prime Asia TV, ਤੁਹਾਡਾ ਆਪਣਾ, ਤੁਹਾਡੇ ਲਈ।